ਵਿਦਿਆ ਦਾ ਚਾਨਣ ਵੰਡਣਾ ਪਰਮ ਉੱਤਮ ਕਾਰਜ ਹੈ, ਪਰ ਜੇਕਰ ਇਸ ਨੂੰ ਵਪਾਰਕ ਨਜ਼ਰੀਏ ਤੋਂ ਦੂਰ ਰੱਖਿਆ ਜਾਵੇ। ਅੱਜ ਵੀ ਦੁਨੀਆ ਵਿੱਚ ਅਜਿਹੇ ਵਿਅਕਤੀਆਂ ਦੀ ਕਮੀ ਨਹੀਂ ਜੋ ਸਮਾਜ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਦਿਨ ਰਾਤ ਉਪਰਾਲੇ ਕਰਦੇ ਰਹਿੰਦੇ ਹਨ। ਨੌਜਵਾਨ ਮਿਸਟਰ ਕਿੰਗ ਜਿਹੇ ਸਮਾਜ ਸੇਵੀ ਅੱਜ ਵੀ ਆਪਣੇ ਜੀਵਨ ਵਿੱਚ ਕੁੱਝ ਵਧੀਆ ਕਰਨ ਨੂੰ ਤਰਜੀਹ ਦਿੰਦੇ ਹਨ, ਤਾਂ ਕਿ ਆਮ ਨਾਗਰਿਕ ਵੀ ਆਪਣੇ ਬੱਚਿਆਂ ਨੂੰ ਮੁਕਾਬਲੇ ਦੀ ਇਸ ਯੁੱਗ ਵਿੱਚ ਉੱਤਮ ਵਿੱਦਿਆ ਗ੍ਰਹਿਣ ਕਰਵਾ ਸਕੇ। ਲੰਮਾ ਅਰਸਾ ਪਹਿਲਾਂ ਸ਼੍ਰੀਮਤੀ ਪਦਮੇਸ਼ ਕੁਮਾਰੀ ਭਾਰਗਵ ਨੇ ਗਰੀਬ ਬੱਚਿਆਂ ਨੂੰ ਵਿੱਦਿਆ ਦੇਣ ਲਈ ਘਰ ਵਿੱਚ ਹੀ ਸਕੂਲ ਖੋਲ੍ਹ ਕੇ ਸਮਾਜ ਸੇਵਾ ਦਾ ਮੁੱਢ ਬੰਨਿਆ ਸੀ, ਪਰੰਤੂ ਘਰੇਲੂ ਕਾਰਨਾਂ ਕਰਕੇ ਉਹ ਆਪਣੇ ਸੁਪਨੇ ਨੂੰ ਪੂਰਾ ਨਾ ਕਰ ਸਕੀ। ਕਹਿੰਦੇ ਹਨ ਕਿ ਨੇਕ ਇਰਾਦੇ ਅਤੇ ਵਧੀਆ ਸੋਚ ਰੱਖਣ ਵਾਲਿਆਂ ਨਾਲ ਪਰਮਾਤਮਾ ਵੀ ਨੇੜੇ ਹੋ ਕੇ ਵਿਚਰਦਾ ਹੈ। ਇੰਝ ਹੀ ਹੋਇਆ ਤੇ ਉਹਨਾਂ ਦੇ ਹੋਣਹਾਰ ਸਪੁੱਤਰ ਮਿਸਟਰ ਕਿੰਗ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੰਗਾ ਅਪਰਾ ਸੜਕ ਤੇ 14 ਏਕੜ ਜ਼ਮੀਨ ਵਿੱਚ ਇੱਕ ਆਲੀਸ਼ਾਨ ਸਕੂਲ ਦਾ ਨਿਰਮਾਣ ਕੀਤਾ, ਜਿਸ ਦਾ ਨਾਂ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਰੱਖਿਆ ਗਿਆ। ਭਾਵੇਂ ਇਹ ਸਕੂਲ ਅਜੇ ਮੁੱਢਲੇ ਸਾਲਾਂ ਵਿੱਚ ਹੀ ਵਿਚਰ ਰਿਹਾ ਹੈ, ਪਰੰਤੂ ਇਸ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਸਕੂਲ ਬਹੁਤ ਥੋੜੇ ਸਮੇਂ ਵਿੱਚ ਹੀ ਨਵੀਆਂ ਸਿਖਰਾਂ ਛੋਹ ਰਿਹਾ ਹੈ। 10ਵੀਂ ਸ਼੍ਰੇਣੀ ਤੱਕ ਵਿੱਦਿਆ ਪ੍ਰਦਾਨ ਕਰ ਰਿਹਾ ਇਹ ਸਕੂਲ ਅਗਲੇ ਸਾਲ ਸੀਨੀਅਰ ਸੈਕੰਡਰੀ ਸਕੂਲ ਹੋਣ ਦਾ ਮਾਣ ਪ੍ਰਾਪਤ ਕਰੇਗਾ। ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਦੇਖ ਕੇ ਕਿਸੇ ਹੰਡੇ ਵਰਤੇ ਅਤੇ ਵਿਦੇਸ਼ੀ ਸਕੂਲ ਦੇ ਬੱਚਿਆਂ ਦਾ ਸੱਭਿਆਚਾਰਕ ਪ੍ਰੋਗਰਾਮ ਹੋਣ ਦਾ ਭੁਲੇਖਾ ਲੱਗ ਰਿਹਾ ਸੀ। ਸਕੂਲ ਦੇ ਸਾਲਾਨਾ ਸਮਾਗਮ ਵਿੱਚ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਜੀ ਨੇ ਸਕੂਲ ਦੀ ਚੇਅਰਪਰਸਨ ਪਦਮੇਸ਼ ਕੁਮਾਰੀ ਭਾਰਗਵ, ਸਕੱਤਰ ਦੇਵਕੀ ਨੰਦਨ, ਕੈਸ਼ੀਅਰ ਪੂਜਾ ਭਾਰਗਵ ਅਤੇ ਪ੍ਰਿੰਸੀਪਲ ਡਾਕਟਰ ਸ਼ਸ਼ੀ ਵਰਮਾ ਜੀ ਦੀ ਹਾਜ਼ਰੀ ਵਿੱਚ ਸ਼ਮਾ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ, ਜਿਸ ਪਿੱਛੋਂ ਬੱਚਿਆਂ ਦਾ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਨ ਜਨਗਨ ਮਨ ਨਾਲ ਕੀਤੀ ਗਈ, ਜਿਸ ਦੌਰਾਨ ਹਾਜ਼ਰੀਨ ਨੇ ਖਲੋ ਕੇ ਰਾਸ਼ਟਰੀ ਭਾਵਨਾ ਦਾ ਪ੍ਰਗਟਾਵਾ ਕੀਤਾ। ਸਾਡਾ ਸੱਭਿਆਚਾਰ ਹੈ ਕਿ ਪੰਜਾਬੀ ਕੋਈ ਵੀ ਕਾਰਜ ਆਰੰਭ ਕਰਨ ਤੋਂ ਪਹਿਲਾਂ ਰੱਬ ਨੂੰ ਯਾਦ ਕਰਦੇ ਹਨ। ਇਸੇ ਸੋਚ ਅਧੀਨ ਬੱਚਿਆਂ ਨੇ ਦੇਹ ਸ਼ਿਵਾ ਵਰਮੋਹੇ ਇਹ ਸ਼ੁਭ ਕਰਮਨ ਤੇ ਕਬੂ ਨਾ ਡਰੋ ਦਾ ਗਾਇਨ ਕੀਤਾ। ਛੋਟੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਗਰੁੱਪ ਡਾਂਸ ਦਰਸ਼ਕਾਂ ਦੀ ਖਿੱਚ ਦਾ ਕਾਰਨ ਬਣਿਆ। ਇਸੇ ਤਰ੍ਹਾਂ ਹੋਣਹਾਰ ਬੱਚਿਆਂ ਵੱਲੋਂ ਪੇਸ਼ ਗਣੇਸ਼ ਬੰਦਨਾ ਤਾਰੀਫ ਦੇ ਕਾਬਲ ਸੀ। ਕਲਾਸੀਕਲ ਡਾਂਸ ਪੇਸ਼ ਕਰਨਾ ਔਖਾ ਕਾਰਜ ਹੈ, ਪਰ ਇਸ ਸਕੂਲ ਦੇ ਬੱਚਿਆਂ ਨੇ ਇਸ ਨੂੰ ਬਾਕਮਾਲ ਢੰਗ ਨਾਲ ਪੇਸ਼ ਕੀਤਾ। ਧੁੰਨ ਤੇ ਪੇਸ਼ ਕੀਤਾ ਛੋਟੇ ਛੋਟੇ ਬੱਚਿਆਂ ਦਾ ਨਾਚ ਤੇ ਅਦਾਵਾਂ ਸਭ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਨਜ਼ਰ ਆਇਆ। ਹੋਰ ਬੱਚਿਆਂ ਦਾ ਸਹਿਯੋਗ ਇਸ ਅਦਾਕਾਰੀ ਨੂੰ 4 ਚੰਨ ਲਾ ਗਿਆ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਛੋਟੇ ਕਲਾਕਾਰਾਂ ਨੇ ਵੀ ਆਪਣੀ ਕਲਾ ਦਾ ਖੁੱਲ ਕੇ ਮੁਜ਼ਾਹਰਾ ਕੀਤਾ।
टोको करके गोल, ओ टोको करके गोल, सीटी पर जाके बोल। मुर्गी का जाने अंडा का क्या होगा, हर लाइफ मिलेगी आटा दे दे फ्राई होगा। सालाना समागम दी रौनक वधाउण लई बच्चियां दे मापियां तो अलावा इलाके भर तो पतवंते सज्जन वड्डी गिनती विच पहुंचे होए सन। प्रिंसिपल डॉक्टर शशि वर्मा जी वल्लों मंच तो स्कूल दीआं प्राप्तियां नूं दर्शाउंदी प्रगति रिपोर्ट पेश कीती गई, जिस दौरान अपने बच्चियां दीआं उपलब्धियां नूं सुण के मापे ताड़ियां वजाउंदे देखे गए। स्कूल दे मुख उद्देश अते भविख दीआं योजनावां संबंधी साडे प्रतिनिधि अवतार सिंह गोविंदपुरी नाल गल्लबात करदे होए प्रिंसिपल डॉक्टर शशि वर्मा जी ने कहा कि डेरिक इंटरनेशनल स्कूल बंगा शहीद भगत सिंह नगर का एक ऐसा स्कूल है जो हाई लेवल एजुकेशन प्रदान करन दा बड़े मान नाल दावा करता है। ए स्कूल आजकल दसवीं क्लास तक दी इंटरनेशनल लेवल दी एजुकेशन विद्यार्थियों नू प्रदान कर रहा है। समय दी लोड़ है कि विद्या दे नाल शारीरिक तंदुरुस्ती अते 21वीं सदी दा हाणी बनन लई बच्चियां नू होर एक्टिविटीज़ विच भी निपुण बनाया जावे। इस स्कूल विच कई खेडां दे नाल गोल्फ, स्केटिंग अते शूटिंग प्रमुख हैं। सारा साल आने वाले नैशनल फेस्टिवल्स, नैशनल डेज ते महान फ्रीडम फाइटर्स दियां कुर्बानियां दे दिन बच्चियां वल्लों बड़े उत्साह नाल मनाए जांदे हैं। स्कूल दा एनुअल प्राइज डिस्ट्रीब्यूशन फंक्शन बड़े ही हर्षोल्लास अते उत्साह नाल मनाया गया। इस विच स्कूल दे विद्यार्थियों दे माता पिता दी विशेष तौर ते पार्टिसिपेशन कराई गई। वड्डे बच्चियां ने भी सालाना समागम नूं चार चांद लाउण विच कोई कसर बाकी नहीं छड्डी। एहो जिहा ही ग्रुप डांस अपने वखरे ही रंग बखेरन विच कामयाब रहा। कोई 25 दे करीब छोटे छोटे बच्चे नू मंच ते वक वक अदाकारियां दी महक बिखेर दे देख के दर्शक अश अश कर उठे। स्कूल दियां दो होनहार विद्यार्थिनां ने मन संचालन दी अहम जिम्मेवारी बहुत ही वधिया ढंग नाल निभाई। विशेष मेहमान वल्लों जिथे स्कूल दी शलाघा योग कारगुजारी दी भरपूर प्रशंसा कीती गई, उत्थे उन्हां वल्लों साल भर वख-वख खेत्रां विच मल्ला मारन वाले विद्यार्थियों नूं स्कूल प्रबंधकां दी हाजरी विच याद चिन्ह अते नगद इनाम दे के सन्मानित कीता गया। इसे लड़ी नूं अगे तोरदे होए आए हुए विशेष सहयोगियों दा भी मान सन्मान कीता गया। मंच तों स्कूल प्रबंधकां वल्लों साल भर दीआं गतिविधियां अते स्कूल संबंधी जानकारी दर्शाउण दा मैगजीन कनेक्शन जारी कीता गया। वखरे गीत ते वखरियां अदावां लंबा समा दर्शकों की खिच का कारण बनिया रही। कम ही पूजा है दे नारे नू बुलंद करदा स्किट बाल कलाकारा ने बहुत वधिया ढंग नाल पेश कीता। बचपन नचदा गाउंदा ते हसदा ही सोहना लगदा है, बस एहो जिहा ही कुछ सब दे रूबरू कीता गया। छोटे ते वड्डे बच्चियां ने रल के मंच तो अजिहा नजारा भी पेश कीता जिस नूं दर्शकां ने पब्बा पार होके देखिया।
ਪੰਜਾਬ ਦੇ ਨਾਲ ਨਾਲ ਦੂਸਰੇ ਰਾਜਾਂ ਦੇ ਸੱਭਿਆਚਾਰ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਹੈ। ਇਸ ਦੀ ਝਲਕ ਉਦੋਂ ਦੇਖਣ ਨੂੰ ਮਿਲੀ ਜਦੋਂ ਬੱਚਿਆਂ ਨੇ ਡਾਂਡੀਆ ਨਾਚ ਪੇਸ਼ ਕੀਤਾ। ਅੱਜਕੱਲ ਇਲੈਕਟ੍ਰੋਨਿਕ ਯੁੱਗ ਹੈ, ਆਓ ਇਸ ਦਾ ਸਹਾਰਾ ਲੈ ਕੇ ਨਾਚ ਪੇਸ਼ ਕਰੀਏ। ਗਰੁੱਪ ਸੌਂਗ ਦਾ ਆਪਣਾ ਹੀ ਸਵਾਦ ਹੈ, ਆਓ ਜ਼ਰਾ ਇਸ ਦੀ ਵੀ ਝਲਕ ਦੇਖੀਏ। ਅੱਲਾ ਕੇ ਬੰਦੇ ਗੀਤ ਤੇ ਪੇਸ਼ ਕੀਤੀ ਅਦਾਕਾਰੀ ਦਰਸ਼ਕ ਦੇਰ ਤੱਕ ਯਾਦ ਰੱਖਣਗੇ। ਨਾਚ ਦੀ ਤਿਆਰ ਕੀਤੀ ਸਪੈਸ਼ਲ ਆਈਟਮ ਨੇ ਸਭ ਦੇ ਮਨ ਮੋਹ ਲਏ, ਆਓ ਸਾਰੇ ਦੇਖੀਏ। ਵੱਡੇ ਬਾਲ ਕਲਾਕਾਰਾਂ ਨੇ ਕੁਝ ਚੋਣਵੇਂ ਗੀਤਾਂ ਤੇ ਕਮਾਲ ਦੇ ਜ਼ੋਰ ਦਿਖਾਏ। ਗੱਭਰੂ ਦਾ ਬ੍ਰੇਕ ਡਾਂਸ ਵੀ ਆਪਣੀ ਮਿਸਾਲ ਆਪ ਬਣਿਆ। ਮੰਚ ਤੋਂ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਬਣਾਏ ਵੱਖ ਵੱਖ ਹਾਊਸਾਂ ਦੀ ਕਾਰਗੁਜ਼ਾਰੀ ਮੁਤਾਬਕ ਵਧੀਆ ਇਨਾਮ ਦਿੱਤੇ ਗਏ। ਪੰਜਾਬ ਦੇ ਕਿਸੇ ਵੀ ਸੱਭਿਆਚਾਰਕ ਮੇਲੇ ਜਾਂ ਪ੍ਰੋਗਰਾਮ ਦਾ ਸਿਖਰ ਨੌਜਵਾਨਾਂ ਅਤੇ ਮੁਟਿਆਰਾਂ ਵੱਲੋਂ ਪੇਸ਼ ਕੀਤਾ ਭੰਗੜਾ ਤੇ ਗਿੱਧਾ ਹੀ ਹੁੰਦਾ ਹੈ। ਇਸ ਵਿਰਾਸਤ ਨੂੰ ਇਸ ਸਕੂਲ ਦੇ ਬੱਚਿਆਂ ਨੇ ਵੀ ਸਾਂਭ ਕੇ ਰੱਖਿਆ ਹੋਇਆ ਸੀ। ਡੈਰਿਕ ਇੰਟਰਨੈਸ਼ਨਲ ਸਕੂਲ ਦੇ ਸਾਰੇ ਬਾਲ ਕਲਾਕਾਰਾਂ ਨੇ ਮਿਲ ਕੇ ਅੰਤ ਵਿੱਚ ਗ੍ਰੈਂਡ ਫਿਨਾਲੇ ਪ੍ਰੋਗਰਾਮ ਪੇਸ਼ ਕੀਤਾ, ਜੋ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣਿਆ। ਅੰਤ ਵਿੱਚ ਹੋਈ ਦਿਲਕਸ਼ ਆਤਿਸ਼ਬਾਜ਼ੀ ਨੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਸਾਲਾਨਾ ਸਮਾਗਮ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ। ਇਸ ਸਾਲਾਨਾ ਇਨਾਮ ਵੰਡ ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰਿੰਸੀਪਲ ਡਾਕਟਰ ਸ਼ਸ਼ੀ ਵਰਮਾ ਜੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਅੱਜ ਦੇ ਐਨੂਅਲ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਵਿੱਚ ਸਾਡੇ ਸੱਦੇ ਨੂੰ ਕਬੂਲਦੇ ਹੋਏ ਪਹੁੰਚੇ ਇਲਾਕਾ ਨਿਵਾਸੀ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਧੰਨਵਾਦ ਕਰਦੀ ਹਾਂ। ਮੈਂ ਉਨ ਸਟਾਫ ਮੈਂਬਰਸ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਸਮਾਗਮ ਦੀ ਸਫਲਤਾ ਲਈ ਰਾਤ ਦਿਨ ਮਿਹਨਤ ਕੀਤੀ ਅਤੇ ਇਸ ਸਮਾਗਮ ਨੂੰ ਸਫਲ ਬਣਾਇਆ।